ਨੌਜਵਾਨ ਨੇ ਆਪਣੇ ਆਪ ਨੂੰ ਕੀਤਾ ਅਗਵਾ। 6 ਦਿਨ ਤੱਕ ਰਿਹਾ ਗਾਇਬ, ਥਾਂ ਥਾਂ ਤੇ ਲੱਭਦੀ ਰਹੀ ਪੁਲਿਸ। ਦੱਸ ਦਈਏ ਕਿ ਪਿਤਾ ਦੇ ਛਿੱਤਰਾਂ ਤੋਂ ਬਚਣ ਦੇ ਲਈ ਮੁੰਡੇ ਨੇ ਡਰਾਮਾ ਰਚਿਆ, ਖੁਦ ਨੂੰ ਅਗਵਾ ਕਿਰਿਆ ਅਤੇ ਕਈ ਦਿਨ ਤੱਕ ਗਾਇਬ ਰਿਹਾ। ਪਰਿਵਾਰ ਨੇ ਗੁੰਮਸ਼ੁਦਾ ਹੋਣ ਦਾ ਮਾਮਲਾ ਦਰਜ ਕਰਵਾਇਆ। ਬਾਅਦ ਦੇ ਵਿੱਚ ਕਈ ਦਿਨ ਤੱਕ ਪੁਲਿਸ ਇਸ ਨੂੰ ਲੱਭਦੀ ਰਹੀ ਤਾਂ 6 ਦਿਨ ਪਹਿਲਾਂ ਇਹ 36 ਸਾਲਾਂ ਦਾ ਜਸਵੰਤ ਸਿੰਘ ਗਾਇਬ ਹੋ ਗਿਆ ਸੀ। ਆਪਣੀ ਪਤਨੀ ਨੂੰ ਆਈਲੈਟ ਸੈਂਟਰ ਦੇ ਵਿੱਚ ਛੱਡ ਕੇ ਇਹ ਘਰ ਵਾਪਸ ਨਹੀਂ ਮੁੜਿਆ। ਜਦ ਰਾਤ ਤੱਕ ਇਹ ਘਰ ਵਾਪਸ ਨਹੀਂ ਆਇਆ ਤਾਂ ਪਰਿਵਾਰ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਅਤੇ ਆਪਣੇ ਮੁੰਡੇ ਨੂੰ ਲੱਭਣ ਦੇ ਲਈ ਪੁਲਿਸ ਤੋਂ ਦਰਖਾਸਤ ਕੀਤੀ ਤਾਂ ਪੁਲਿਸ ਕਈ ਦਿਨਾਂ ਤੱਕ CCTV ਖੰਗਾਲਦੀ ਰਹੀ, ਹੋਰ ਥਾਂ ਥਾਂ 'ਤੇ ਇਸ ਨੌਜਵਾਨ ਨੂੰ ਲੱਭਣ ਦੀ ਕੋਸ਼ਿਸ਼ਾਂ ਕਰਦੀ ਰਹੀ ਤਾਂ ਪੁਲਿਸ ਨੂੰ ਇੱਕ ਨਹਿਰ ਦੇ ਕੰਢੇ 'ਤੇ ਇਸ ਨੌਜਵਾਨ ਦੀ ਕਾਰ ਲੱਭੀ। ਕਾਰ ਦੇ ਅੰਦਰ ਬੂਟ ਪਿਆ ਸੀ ਤਾਂ 6 ਦਿਨ ਤੱਕ ਇਹ ਮੁੰਡਾ ਘਰੋਂ ਗਾਇਬ ਰਿਹਾ। ਦੱਸ ਦਈਏ ਕਿ ਇਸ ਨੇ ਆਪਣੇ ਪਿਤਾ ਦੇ 1,00,000 ਰੁਪਏ ਆਪਣੇ ਯਾਰਾਂ ਦੋਸਤਾਂ 'ਤੇ ਉਡਾ ਦਿੱਤੇ ਤਾਂ ਫਿਰ ਛਿੱਤਰਾਂ ਤੋਂ ਬਚਣ ਦੇ ਲਈ ਇਸ ਨੇ ਇਹ ਸਾਰਾ ਡਰਾਮਾ ਰਚਿਆ। ਬਾਅਦ ਦੇ ਵਿੱਚ ਨਵਾਂ ਸ਼ਹਿਰ ਦੇ ਬੰਗਾ ਤੋਂ ਇਹ ਪੁਲਿਸ ਦੇ ਵੱਲੋਂ ਲੱਭ ਲਿਆ ਗਿਆ। ਹੁਣ ਪੁਲਿਸ ਇਸ 'ਤੇ ਮਾਮਲਾ ਵੀ ਦਰਜ ਕਰੇਗੀ ਕਿਉਂਕਿ ਪੁਲਿਸ ਨੂੰ ਇਸ ਨੇ ਗੁੰਮਰਾਹ ਕੀਤਾ ਹੈ। ਸੁਲਤਾਨਪੁਰ ਲੋਧੀ ਦੇ DSP ਦੇ ਵੱਲੋਂ ਸਾਰੀ ਜਾਣਕਾਰੀ ਦਿੱਤੀ ਗਈ ਹੈ। ਮਾਮਲਾ ਕਪੂਰਥਲਾ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਨੌਜਵਾਨ ਜਸਵੰਤ ਸਿੰਘ ਨੇ ਆਪਣੇ ਆਪ ਨੂੰ ਅਗਵਾ ਕਰਨ ਦਾ ਡਰਾਮਾ ਰਚਿਆ। ਸਾਨੂੰ ਇੱਕ ਇਤਲਾਹ ਮਿਲੀ ਸੀ ਜਿਸ ਵਿੱਚ ਕਿ ਇੱਕ ਅਲੀਜਡ ਐਬਡਕਸ਼ਨ ਦੀ ਰਿਪੋਰਟ ਆਈ ਸੀਗੀ ਕਿ ਇੱਕ ਲੜਕਾ ਜਿਹਦੀ ਕਿ ਕਾਰ ਜਿਹੜੀ ਹੈ ਉਹ ਸਰੂਪਪੁਰ ਦੇ ਕੋਲ ਇੱਕ ਰੋਡ ਦੇ ਉੱਤੇ ਅਬੈਂਡਨ ਜਗ੍ਹਾ 'ਤੇ ਮਿਲੀ ਸੀਗੀ ਅਤੇ ਉਹਦੇ ਵਿੱਚ ਗੱਡੀ ਦੀ ਚਾਬੀ ਵੀ ਲੱਗੀ ਹੋਈ ਸੀ ਅਤੇ ਉਹਦਾ ਇੱਕ ਬੂਟ ਵੀ ਉਹਦੇ ਵਿੱਚ ਪਿਆ ਸੀ ਉਹ ਲੜਕੇ ਦਾ। ਅਤੇ ਉਹਦੀ ਫੈਮਿਲੀ ਨੇ ਦੇ ਬਿਆਨਾਂ ਦੇ ਉੱਤੇ ਅਸੀਂ ਸਵਿਫਟਲੀ ਕੰਮ ਕਰਦੇ ਹੋਏ ਪਰਚਾ ਦਰਜ ਕੀਤਾ ਸੀਗਾ ਅੰਡਰ ਸੈਕਸ਼ਨ 365 ਆਫ IPC, ਦੈਟ ਇਜ਼ ਅਬਡਕਸ਼ਨ। ਅਤੇ ਨਾਲ ਦੇ ਨਾਲ ਹੀ ਅਸੀਂ ਆਪਣੀ ਟੈਕਨੀਕਲ ਟੀਮ ਨੂੰ ਕੰਮ ਉੱਤੇ ਲਗਾ ਕੇ ਉਹਨਾਂ ਦੇ CCTV ਕੈਮਰਾਸ ਚੈੱਕ ਕੀਤੇ ਸੀ, ਉਹਦੀ CDRs ਦੇਖੀਆਂ ਸੀਗੀਆਂ, ਉਹਦੀਆਂ ਲਾਸਟ ਲੋਕੇਸ਼ਨ ਵਗੈਰਾ ਚੈੱਕ ਕੀਤੀਆਂ। ਇਨ ਦਾ ਮੀਨ ਟਾਈਮ ਇਹ ਮਾਮਲਾ ਜਿਹੜਾ ਸ਼ੱਕੀ ਜਾਪਦਾ ਸੀਗਾ, ਇਸ ਕਰਕੇ ਅਸੀਂ ਇਹਨੂੰ ਬੜੀ ਡੂੰਘਾਈ ਦੇ ਨਾਲ ਇਹਦੀ ਤਫਤੀਸ਼ ਕਰ ਰਹੇ ਸੀਗੇ। ਦੌਰਾਨੇ ਤਫਤੀਸ਼ ਸਾਨੂੰ ਇੱਕ ਹੋਰ ਨੰਬਰ ਮਿਲਿਆ ਜੋ ਕਿ ਉਹ ਲੜਕੇ ਨੇ ਨਵਾਂ ਪਰਚੇਸ ਕੀਤਾ ਸੀ ਜਲੰਧਰ ਤੋਂ। ਜਦੋਂ ਉਹਦੀ ਅਸੀਂ ਲੋਕੇਸ਼ਨ ਲਈ ਗਈ ਤਾਂ ਉਹ ਲੋਕੇਸ਼ਨ ਜਿਹੜੀ ਸੀਗੀ ਸਾਡੀ ਬੰਗਿਆਂ ਦੇ ਕੋਲੇ ਆਈ। ਅਸੀਂ ਆਪਣੀ ਟੀਮਸ ਜਿਹੜੀਆਂ ਅਲੱਗ ਅਲੱਗ ਟੀਮਸ ਬਣਾ ਕੇ ਆਪਣੀਆਂ ਬੰਗਾਂ ਰਵਾਨਾ ਕੀਤੀਆਂ ਅਤੇ ਲੜਕੇ ਨੂੰ ਸਹੀ ਸਲਾਮਤ ਹਾਲਤ ਦੇ ਵਿੱਚ ਉੱਥੋਂ ਰਿਕਵਰ ਕੀਤਾ। ਕੀ ਕਾਰਨ ਸਮਝੋ ਸਾਰੇ ਜਿਹੜਾ ਕਿਡਨੈਪਿੰਗ ਉਹਨੇ ਆਪ ਹੀ ਕਰਿਆ ਜੀ? ਜਦੋਂ ਉਹਨੂੰ ਲਾ ਕੇ ਫਿਰ ਅਸੀਂ ਪੁੱਛਗਿੱਛ ਕੀਤੀ ਕਿ ਕਿਸ ਨੇ ਉਹਦੀ ਕਿਡਨੈਪਿੰਗ ਕੀਤੀ ਸੀ ਤਾਂ ਉਹਨੇ ਜਿਹੜਾ ਆਪਣਾ ਇਨਕਸ਼ਾਫ ਕੀਤਾ ਕਿ ਜੀ ਇਹ ਚੀਜ਼ ਉਹਨੇ ਆਪ ਹੀ ਸਾਰੀ ਸਟੇਜ ਕੀਤਾ ਸੀ ਡਰਾਮਾ, ਕਿਉਂਕਿ ਇਹ ਲੜਕਾ ਗਲਤ ਸੰਗਤ ਵਿੱਚ ਪੈ ਗਿਆ ਸੀਗਾ ਜਿਸ ਕਰਕੇ ਇਹਨੇ ਆਪਣੇ ਫਾਦਰ ਦੇ ਅਕਾਊਂਟ ਦੇ ਵਿੱਚੋਂ ਕਰੀਬ 1-1.25 ਲੱਖ ਰੁਪਇਆ ਜਿਹੜਾ ਕਢਾ ਕੇ ਅਤੇ ਅਯਾਸ਼ ਪ੍ਰਸਤੀ ਦੇ ਉੱਤੇ ਖਰਚ ਕਰ ਦਿੱਤਾ ਸੀ। ਉਹਦੇ ਉਹਨਾਂ ਦਿਨਾਂ ਦੇ ਵਿੱਚ 20-30 ਹਜ਼ਾਰ ਕਢਾਇਆ ਗਿਆ। ਉਸ ਤੋਂ ਪਹਿਲਾਂ ਇਹ ਕਾਫੀ ਦੇਰ ਤੋਂ ਮਹੀਨੇ ਤੋਂ ਆਪਣੇ ਫਾਦਰ ਦੇ ਪੈਸੇ ਥੋੜ੍ਹੇ ਕਰਕੇ ਕਢਵਾ ਕੇ ਅਤੇ ਐਸ਼ ਪ੍ਰਸਤੀ ਵਿੱਚ ਪਿਆ ਹੋਇਆ ਸੀਗਾ, ਜਿਹਦੀ ਆਪਾਂ ਹੁਣ ਤਫਤੀਸ਼ ਕਰ ਰਹੇ ਹਾਂ ਕਿ ਇਹ ਪੈਸੇ ਕਿੱਥੇ ਖਰਚ ਕਰ ਰਿਹਾ ਸੀ, ਤਾਂ ਜੋ ਇਹਦੇ ਨਾਲ ਜੇਕਰ ਕਿ ਬੰਦੇ ਨੇ ਰਲ ਕੇ ਇਹ ਚੀਜ਼ ਸਾਰਾ ਡਰਾਮਾ ਜੇ ਇੱਥੋਂ ਰਚਵਾਇਆ ਤਾਂ ਅਸੀਂ ਉਸਨੂੰ ਵੀ ਇਸ ਦੇ ਵਿੱਚ ਜਿਹੜੇ ਆ ਕੜੀ ਤੋਂ ਕੜੀ ਸਜ਼ਾ ਦਵਾਵਾਂਗੇ। ਲੜਕਾ ਪਰਿਵਾਰ ਨੂੰ ਸੌਂਪ ਦਿੱਤਾ ਗਿਆ? ਹਾਂਜੀ, ਲੜਕਾ ਸਹੀ ਸਲਾਮਤ ਪਰਿਵਾਰ ਨੂੰ ਸੌਂਪ ਦਿੱਤਾ ਗਿਆ।